ਵੀਡੀਓ ਦੇਖਣ ਤੋਂ ਪਹਿਲਾਂ AG ਅੰਮ੍ਰਿਤਸਰ ਪੰਜਾਬ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੋ ਵਾਤਾਵਰਨ ਦੇ ਨਾਲ ਸੰਬੰਧਿਤ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। AG ਅੰਮ੍ਰਿਤਸਰ ਪੰਜਾਬ ਨਿਊਜ਼ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਅੱਜ ਸਾਨੂੰ ਮਿਲੇ ਆ ਬਹੁਤ ਹੀ ਹੋਣਹਾਰ ਸਟੂਡੈਂਟ ਜਿਹੜੇ ਕਿ ਮਿਊਜ਼ਿਕ ਦੇ ਗਏ ਆ, ਅਤੇ ਇਹਨਾਂ ਨੇ ਮਿਊਜ਼ਿਕ ਵਿੱਚ ਕੀ ਕੀਤਾ ਵਾ ਉਹਦੇ ਬਾਰੇ ਜਾਣਾਂਗੇ। ਸਭ ਤੋਂ ਪਹਿਲੇ ਇਹਨਾਂ ਕੋਲ ਜਾਣਾਂਗੇ ਇਹ ਕਿਹੜੇ ਸ਼ਹਿਰ ਦੇ ਗਏ ਆ ਅਤੇ ਉਹ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਆਪਣੀ ਗੁਰੂ ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ, ਸਭ ਤੋਂ ਪਹਿਲੇ ਤੁਸੀਂ ਆਪਣਾ ਨਾਮ ਅਤੇ ਤੁਹਾਡਾ ਡਿਪਾਰਟਮੈਂਟ ਜਿਸ ਤਰ੍ਹਾਂ ਮਿਊਜ਼ਿਕ ਦੇ ਗਿਆ, ਤੁਸੀਂ ਕੀ ਕਰ ਰਹੇ ਹੋ ਜੀ? ਮੇਰਾ ਨਾਮ ਸਿਮਰਨਜੀਤ ਸਿੰਘ ਐਦਨ ਹੈ ਜੀ, ਔਰ ਮੈਂ ਇੱਥੇ ਮਿਊਜ਼ਿਕ ਡਿਪਾਰਟਮੈਂਟ ਵਿੱਚ MPhil ਕਰ ਰਿਹਾ ਜੀ। ਸਰ ਜੀ, ਅਤੇ ਤੁਸੀਂ ਅੱਜ ਤੁਹਾਡਾ ਵਾਇਵਾ ਹੈਗਾ ਸੀ, ਅਤੇ ਕੀ ਤੁਹਾਡੀ PhD ਜਿਹੜੀ ਹੈ ਉਹ ਕੰਪਲੀਟ ਹੋ ਗਈ ਹੈ, ਅਤੇ ਅੱਗੇ ਚੱਲ ਕੇ ਤੁਸੀਂ ਕੀ ਕਰਨਾ ਚਾਹੁੰਦੇ ਹੋ? ਜੀ ਜੀ, ਅੱਜ ਮੇਰਾ ਪ੍ਰੀ ਸਬਮਿਸ਼ਨ ਸੈਮੀਨਾਰ ਸੀਗਾ, ਔਰ ਇਸ ਤੋਂ ਬਾਅਦ ਜੋ ਉਹਨਾਂ ਨੇ ਸੁਜੈਸ਼ਨ ਦਿੱਤੇ ਉਹਨਾਂ ਨੂੰ ਮੈਂ ਅਪਲਾਈ ਕਰਕੇ ਆਪਣੇ ਡਿਜ਼ਰਟੇਸ਼ਨ ਵਿੱਚ ਉਹਨੂੰ ਅਪਲਾਈ ਕਰਕੇ ਫਿਰ ਸਬਮਿਸ਼ਨ ਲਈ ਅਪਲਾਈ ਕਰਾਂਗਾ ਜੀ। ਸਬਮਿਸ਼ਨ ਤੋਂ ਬਾਅਦ ਵਾਇਵਾ ਹੋਏਗਾ, ਉਹ ਡੇਟ ਉਹ ਦੱਸਣਗੇ ਡਿਪਾਰਟਮੈਂਟ ਵਾਲੇ ਜੀ। 1-2-3 ਮਹੀਨਿਆਂ ਦੇ ਵਿੱਚ ਵਾਇਵੇ ਦੀ ਡੇਟ ਫਿਕਸ ਹੋਏਗੀ। ਵਾਇਵੇ ਤੋਂ ਬਾਅਦ ਮੈਂ MPhil ਜੋ ਹੈ ਦੈਟ ਇਜ਼ ਕੰਪਲੀਟ। ਓਕੇ, ਤੋ ਉਸਕੇ ਬਾਅਦ ਨੈਕਸਟ ਜੋ ਇਸਕੇ ਬਾਅਦ PhD ਹੋਤੀ ਹੈ ਜੀ। ਸਰ PhD ਕਰਾਂਗੇ। ਓਕੇ ਸਰ, ਤੋ ਦੇਖੋ ਕਿੱਥੇ ਸੀਟ ਮਿਲਦੀ ਹੈ ਔਰ ਨਾਲ ਨਾਲ ਜੀ। ਅਤੇ ਸਰ, ਤੁਸੀਂ ਨਾਲ ਦੀ ਨਾਲ ਜਿਸ ਤਰ੍ਹਾਂ ਕਿ ਇੱਕ ਸੰਗੀਤ ਜਿਹੜਾ ਕਿ ਬਹੁਤ ਵਧੀਆ ਸਿੱਖ ਰਹੇ ਹੋ, ਕੀ ਤੁਸੀਂ ਹੋਰ ਗਾੜੀ ਬੱਚਿਆਂ ਨੂੰ ਵੀ ਸਿਖਾ ਰਹੇ ਹੋ? ਜੀ ਜੀ ਜੀ, ਐਕਚੁਲੀ ਜੋਬ ਕਰ ਰਹੇ ਹਾਂ ਸਕੂਲ ਵਿੱਚ, ਆਰਮੀ ਪਬਲਿਕ ਸਕੂਲ ਹਿਸਾਰ ਹਰਿਆਣਾ ਵਿੱਚ ਐਜ਼ ਏ ਮਿਊਜ਼ਿਕ ਟੀਚਰ। ਉੱਥੇ ਜੋ ਬੱਚੇ ਕਲਾਸਿਸ ਮਿਲੀਆਂ ਉਹਨਾਂ ਨੂੰ ਮੈਂ ਜੋ ਉਹਨਾਂ ਦਾ ਸਿਲੇਬਸ ਹੈ ਜਾਂ ਮਿਊਜ਼ਿਕ ਦੀਆਂ ਜੋ ਟੈਕਨੀਕਸ ਉਹ ਦੱਸ ਰਿਹਾ, ਉੱਥੇ ਸੇਵਾ ਕਰ ਰਿਹਾ ਜੀ। ਜੀ, ਜੇ ਆਪਣਾ ਸੌਂਗ ਲਿਖਿਆ ਹੋਵੇ ਜਾਂ ਤੁਸੀਂ ਗਾਇਆ ਹੋਵੇ ਜਿਹੜਾ ਕਿ ਸਰੋਤਿਆਂ ਤੱਕ ਤੁਸੀਂ ਪਹੁੰਚਾਉਣਾ ਹੋਵੇ? ਅਸੀਂ ਲਿਖਿਆ ਤਾਂ ਅਜੇ ਜ਼ਿਆਦਾ ਨਹੀਂ ਹੈ ਜੀ, ਸਿੱਖਿਆ ਹੋ ਰਹੀ ਹੈ ਗੁਰੂ ਜੀ ਕੋਲੋਂ ਸਿੱਖ ਰਹੇ ਹਾਂ। ਅਤੇ ਸ਼ਾਸਤਰੀ ਸੰਗੀਤ ਕੀ ਸਿੱਖ ਰਹੇ ਹੋ ਸਰ ਤੁਸੀਂ? ਜੀ, ਅਸੀਂ ਇੰਡੀਅਨ ਇੰਡੀਅਨ ਮਿਊਜ਼ਿਕ ਸਿੱਖ ਰਹੇ ਹਾਂ, ਭਾਰਤੀ ਸ਼ਾਸਤਰੀ ਸੰਗੀਤ, ਇੰਡੀਅਨ ਕਲਾਸੀਕਲ ਮਿਊਜ਼ਿਕ ਜੀ। ਠੀਕ ਹੈ ਜੀ। ਅਤੇ ਸਰ, ਤੁਸੀਂ ਆਪਣੇ ਜਿਹੜੇ ਗੁਰੂ ਜੀ ਆ ਜਿਹਨਾਂ ਕੋਲ ਤੁਸੀਂ ਸਿੱਖ ਰਹੇ ਹੋ, ਉਹਨਾਂ ਬਾਰੇ ਸਾਡੇ ਸਰੋਤਿਆਂ ਨੂੰ ਦੱਸ ਸਕਦੇ ਹੋ? ਹਾਂ ਜੀ ਜੀ, ਬਿਲਕੁਲ। ਬਚਪਨ ਤੋਂ ਜਿਹੜੀ ਪਹਿਲੀ ਤਾਲੀਮ ਮੇਰੀ ਹੋਈ ਹੈ ਸਾਡੇ ਫਿਰੋਜ਼ਪੁਰ ਸ਼ਹਿਰ ਵਿੱਚ ਡਾਕਟਰ ਅੰਮ੍ਰਿਤਪਾਲ ਸਿੰਘ ਜੀ ਨੇ ਜੀ, ਉਹਨਾਂ ਕੋਲੋਂ ਮੇਰੀ ਪ੍ਰਾਰੰਭਿਕ ਸ਼ਿਕਸ਼ਾ ਸੰਗੀਤ ਦੀ ਹੋਈ ਹੈ। ਉਸ ਤੋਂ ਬਾਅਦ ਫਿਰ ਇੱਥੇ ਅੰਮ੍ਰਿਤਸਰ ਯੂਨੀਵਰਸਿਟੀ ਜਦੋਂ ਆਏ ਫਿਰ ਸਾਡੇ ਗੁਰੂ ਜੀ ਡਾਕਟਰ ਪ੍ਰਭਾਕਰ ਦਿਵਾਕਰ ਕਸ਼ਯਪ ਜੀ, ਉਹਨਾਂ ਕੋਲੋਂ ਮੇਰੀ ਪਿਛਲੇ ਕੁਝ ਸਾਲਾਂ ਤੋਂ ਸਿੱਖਿਆ ਹੋ ਰਹੀ ਹੈ ਜੀ। ਅਤੇ ਸਰ, ਜਿਹੜੇ ਕਿ ਹੁਣ ਆਪਣੇ ਇੱਥੇ ਤੁਹਾਡੇ ਗੁਰੂ ਜੀ ਕਿਹੜੇ ਹੈਗੇ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ? ਜੀ, ਇੱਥੇ ਮੇਰੇ ਗਾਈਡ ਹੈ ਡਾਕਟਰ ਤੇਜਿੰਦਰ ਗੁਲਾਟੀ ਜਿਨ੍ਹਾਂ ਦੇ ਅੰਡਰ ਮੈਂ ਆਪਣੀ MPhil ਕਰ ਰਿਹਾ ਪੂਰੀ ਜੀ। ਅਤੇ ਔਰ ਡਾਕਟਰ ਰਜੇਸ਼ ਸ਼ਰਮਾ ਜੀ ਨੇ, ਡਾਕਟਰ ਗੁਰਪ੍ਰੀਤ ਮੈਡਮ ਨੇ ਜੀ, ਔਰ ਸਾਰੇ ਸਾਡੇ ਗੁਰੂ ਸਮਾਨ ਨੇ ਟੀਚਰ ਜੀ, ਉਹਨਾਂ ਤੋਂ ਸਾਡੀ ਸਿੱਖਿਆ ਹੋ ਰਹੀ ਹੈ। ਅਤੇ ਸਰ, ਅੱਜ ਤੁਹਾਡਾ ਕਿਸ ਤਰ੍ਹਾਂ ਯੂਨੀਵਰਸਿਟੀ ਦੇ ਅੰਦਰ ਆਉਣਾ ਹੋਇਆ, ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖ ਰਹੇ ਲੋਕਡਾਊਨ ਲੱਗਾ ਹੋਇਆ ਵਾ, ਸਟੂਡੈਂਟਸ ਜਿਹੜੇ ਉਹ ਘਰੋਂ ਨਹੀਂ ਆ ਰਹੇ, ਪਰ ਤੁਸੀਂ ਫਿਰ ਵੀ ਅੱਜ ਯੂਨੀਵਰਸਿਟੀ ਆਏ ਜੇ, ਇਸ ਬਾਰੇ ਥੋੜ੍ਹਾ ਦੱਸੋ ਕਿਸ ਤਰ੍ਹਾਂ ਤੁਹਾਡਾ ਆਉਣਾ ਹੋਇਆ? ਐਕਚੁਲੀ ਅੱਜ ਜੋ ਹੈ ਮੇਰੀ MPhil ਦੀ ਪ੍ਰੀ ਸਬਮਿਸ਼ਨ ਡੇਟ ਸੀ ਜੋ ਫਾਈਨਲ ਹੋਈ ਅੱਜ, ਤਾਂ ਉਸਦਾ ਮੇਰਾ ਸੈਮੀਨਾਰ ਅੱਜ ਇੱਥੇ ਹੋਇਆ ਸੀ, ਉਸ ਕਰਕੇ ਮੈਨੂੰ ਫਿਰ ਯੂਨੀਵਰਸਿਟੀ ਵੱਲੋਂ ਆਉਣਾ ਪਿਆ ਜੀ। ਅੱਜ ਇੱਥੇ ਮੇਰਾ ਪ੍ਰੀ ਸਬਮਿਸ਼ਨ ਵਾਇਵਾ ਜੀ ਸਰ। ਅਤੇ ਸਰ, ਆਪਾਂ ਹੁਣ ਗੱਲ ਕਰਾਂਗੇ ਵਾਤਾਵਰਨ ਦੀ, ਜਿਸ ਤਰ੍ਹਾਂ ਕਿ ਆਪਾਂ ਦਿਨੋਂ ਦਿਨ ਦੇਖ ਰਹੇ ਹਾਂ ਰੁੱਖ ਕੱਟੇ ਜਾ ਰਹੇ ਆ, ਜੇ ਆਪਾਂ ਗੱਲ ਕਰੀਏ ਕਿਸੇ ਸ਼ਹਿਰ ਦੀ, ਜੇ ਸ਼ਹਿਰ ਵਿੱਚ ਕਿਸੇ ਨੇ ਆਪਣੀ ਕੋਠੀ ਤਿਆਰ ਕੀਤੀ ਆ ਅਤੇ ਉਹਦੇ ਲਾਗੇ ਜੇ ਕੋਈ ਰੁੱਖ ਹੈਗਾ ਵਾ, ਉਹ ਕੱਟਣ ਦੀ ਕਰਦਾ ਵਾ, ਉਹ ਆਪਣੇ ਘਰ ਦੇ ਵਿੱਚ ਆਪਣੇ ਜਿਹੜੀ ਕਿ ਫੈਮਿਲੀ ਨੂੰ ਢੱਕਣ ਵਾਸਤੇ ਸੱਥ ਦੇ ਰਿਹਾ ਵਾ, ਪਰ ਜਿਹੜਾ ਲਾਗੇ ਰੁੱਖ ਹੈਗਾ ਵਾ, ਕੀ ਉਸਨੂੰ ਇਹ ਨਹੀਂ ਦਿਖ ਰਿਹਾ ਕਿ ਉਸ ਰੁੱਖ ਦੇ ਉੱਤੇ ਵੀ ਕੋਈ ਪਰਿਵਾਰ ਹੈਗਾ ਵਾ, ਉਹਦੇ ਵਿੱਚ ਹੀ ਮਾਂ ਪੁੱਤ ਬੈਠੇ ਹੋਏ ਆ, ਅਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ ਬਿਲਕੁਲ ਬਿਲਕੁਲ, ਵਿਚਾਰਨਯੋਗ ਗੱਲ ਹੈ ਜੋ ਤੁਸੀਂ ਆਖੀ ਹੈ ਵੀ ਉਸ ਰੁੱਖ ਵਿੱਚ ਵੀ ਪੰਛੀ ਰਹਿੰਦੇ ਆ, ਉਹਨਾਂ ਦਾ ਨਿਵਾਸ ਸਥਾਨ ਹੈ, ਪਰ ਰੁੱਖ ਤਾਂ ਵੈਸੇ ਵੀ ਕੱਟਣ ਲੱਗੇ ਕੱਟਣਾ ਨਹੀਂ ਚਾਹੀਦਾ ਦਰਖਤ ਨੂੰ, ਅਗਰ ਕਿਉਂਕਿ ਉੱਥੋਂ ਹੀ ਸਾਨੂੰ ਆਕਸੀਜਨ ਮਿਲਦੀ ਹੈ, ਔਰ ਇਹ ਸਾਡੇ ਸੁਸਾਇਟੀ ਦੀ ਵਾਤਾਵਰਨ ਦੀ ਸ਼ਾਨ ਨੇ, ਮਤਲਬ ਸ਼ੋਭਾ ਨੂੰ ਵਧਾਉਂਦੇ ਨੇ ਨਾ, ਸੁੰਦਰ ਲੱਗਦੇ ਨੇ, ਸਾਨੂੰ ਆਕਸੀਜਨ ਦਿੰਦੇ ਨੇ, ਔਰ ਕਈ ਚੀਜ਼ਾਂ ਸਾਨੂੰ ਦਰਖਤਾਂ ਤੋਂ ਪ੍ਰਾਪਤ ਹੋ ਰਹੀਆਂ, ਤਾਂ ਨਹੀਂ ਇਹ ਕੱਟਣਾ ਨਹੀਂ ਚਾਹੀਦਾ ਜੀ। ਅਤੇ ਸਰ, ਜਿਹੜੇ ਲੋਕ ਦਰਖਤ ਕੱਟ ਰਹੇ ਆ ਆਪਣੇ ਸੋਹਣੇ ਸੋਹਣੇ ਘਰ ਬਣਾਉਣ ਵਾਸਤੇ, ਉਹਨਾਂ ਨੂੰ ਕੋਈ ਤੁਸੀਂ ਸੁਨੇਹਾ ਦੇਣਾ ਵਾ, ਅਤੇ ਇਸ ਬਾਰੇ ਥੋੜ੍ਹਾ ਜਿਹਾ ਤੁਸੀਂ ਚਾਨਣ ਜਿਹੜਾ ਵਾ ਕਿ ਲੋਕਾਂ ਨੂੰ ਪਾਓ? ਜੀ ਬਿਲਕੁਲ,
दरख्त नहीं कटना चाहिए, सब तो पहला सानू देखना चाहिए मेरे हिसाब न भी, अगर उसके उस तो इलावा अगर बिना दरख्त कट्टे भी अगर साड़ी सानू फैसिलिटी मिल सकती है असं उस चीज़ को कर सकते हैं तो सानू फस्ट प्रैफरेंस साड़ी यही होनी चाहिए भी असी उन्होंने ना कट्टीए ना जी। तो मैं एक पिक्चर भी देखी सी उन्हें दे रोड बनाना से उन्होंने और दरख्त बेच आ रहा उन्होंने रोड दरख्त के साइड तो बनाया दरख्त रू नहीं कट्टिया और बड़ी अच्छी लगी मैंने वो चीज़। और देखना चाहिए सानू भी इसका की हल हो सकता भी बिना दरख्त कट्टे असं कि अपने आप में भी सोसाइटी भी सोहना बनाना है डिवेलपमेंट भी करनी है और दरख्त भी बचाने है। जी सर जी मेरा यही सर जे आप गुरु नानक देव यूनिवर्सिटी की गल करिए जेडे कि इतों के बी सी साहब ने उन्होंने सानू किडे सोहने सोहने रुख दिते आ फिर सानू कि इतने हर एक प्रकार का हर एक शहर का हर एक इलाके का रुख दिता इस बारे तुम कुछ कहना चाहते बी सी साहब न जी। अरे असि मैं तो अपने आप में बहुत खुशकिस्मत समझदा भी मैं इस यूनिवर्सिटी का स्टूडेंट हाँ जिते आके इन्नी ज़्यादा अच्छा लगता और कितना सुंदर गार्डन भी है और इन्नी हरियाली है साड़ी यूनिवर्सिटी में तो ये सानू फख्र हो रहा भी असि इस यूनिवर्सिटी के स्टूडेंट है और बहुत सुंदर वातावरण है इतों का। और वी सी साहब ने पिछले कुछ सालों तो मतलब जो उन्होंने स्टैप ले इतों का एनवायरमेंट जो होर सुंदर बनाने लिए और डेफिनेटली शलाघाजोग चीज़ा ने उन्होंने और असं उन्होंने रिस्पैक्ट करते हैं बहुत ही अच्छा स्टैप लाए उन्होंने बिल्कुल तुहाडे नाल मिल के बहुत खुशी हुई जी। इस तरह फिर तुहाडे रूबरू नवे तो नवा चेहरा आप लेंदे आवांगे तो इस नाल ही जा चाहते हैं वाहेगुरू जी का खालसा वाहेगुरू जी की फतेह जी। लाइक करो शेयर करो सबसक्राइब करो तो घंटी के बटन जरूर दबाओ।